ਇਹ ਦਾਲ ਤਾਂ ਬਹੁਤ ਥੋੜੀ ਜੀ ਹੈ। ਚਾਵਲ ਵੀ ਮਸਾ ਅੱਧੀ ਕੋਲੀ ਬਣਨਗੇ। ਰਾਸ਼ਨ ਦੇ ਨਾਲ ਪੂਰੇ ਪਰਿਵਾਰ ਦਾ ਖਾਣਾ ਬਣਾ ਪਾਏਗੀ? ਹਾਂ। ਕੀ ਬਣਾਏਗੀ ਹੈ? ਅੱਧੀ ਕੌਲੀ ਚਾਵਲ, 4 ਚਮਚੇ ਦਾਲ ਜਾਂ ਫਿਰ 1 ਆਲੂ ਦੀ ਸਬਜ਼ੀ? ਜਾਣਦੀ ਹਾਂ ਦਿਵਿਆ ਨਮਾ ਕਿ ਜੇ ਮੈਂ ਇਹਨਾਂ ਰਾਸ਼ਨ ਨੂੰ ਵੱਖ ਵੱਖ ਦੇਖਾਂ ਤਾਂ ਇਹ ਰਾਸ਼ਨ ਬਹੁਤ ਹੀ ਘੱਟ ਹੈ, ਪਰ ਜੇ ਮੈਂ ਇਹਨਾਂ ਨੂੰ ਸਹੀ ਮਾਤਰਾ ਵਿੱਚ ਮਿਲਾ ਦੇਵਾਂ ਤਾਂ ਇਹ ਰਾਸ਼ਨ ਇੰਨਾ ਘੱਟ ਵੀ ਨਹੀਂ ਹੈ। ਜਿੱਦਾਂ ਏਕਤਾ ਵਿੱਚ ਬਲ ਹੁੰਦਾ ਹੈ ਉਦਾਂ ਹੀ ਇਹ ਚਾਵਲ ਸਭ ਦਾ ਪੇਟ ਭਰ ਦੇਣਗੇ। ਭਾਬੀ ਬਿਲਕੁਲ ਸਹੀ ਕਹਿ ਰਹੇ ਨੇ। ਇਹ ਸਭ ਕੁਝ ਰਲਾ ਕੇ ਅਸੀਂ ਆਰਾਮ ਦੇ ਨਾਲ ਖੁੱਲੀ ਖਿਚੜੀ ਖਾ ਪਾਵਾਂਗੇ। ਵੈਸੇ ਵੀ ਸਬਜ਼ੀਆਂ ਪਾਉਣ ਦੇ ਨਾਲ ਇੱਕ ਤਾਂ ਖਿਚੜੀ ਹੋਰ ਸਵਾਦ ਹੋ ਜਾਏਗੀ, ਨਾਲੇ ਉਹਦੀ ਕੁਆਂਟਿਟੀ ਵੀ ਵੱਧ ਜਾਏਗੀ। ਫਿਰ ਚਾਚੀ ਜੀ ਨੂੰ ਤਾਂ ਵੈਸੇ ਵੀ ਹਲਕਾ ਖਾਣਾ ਖਾਣਾ ਹੀ ਪਸੰਦ ਹੈ। ਇਹ ਤੇਰੇ ਪਰਿਵਾਰ ਵਾਂਗ 3 ਜਣਿਆਂ ਦਾ ਪਰਿਵਾਰ ਨਹੀਂ ਹੈ, ਇੱਥੇ ਖਾਣ ਵਾਲੇ ਬਹੁਤ ਜਣੇ ਨੇ। ਸੋ ਮੈਂ ਵੀ ਦੇਖਦੀ ਹਾਂ ਤੇਰਾ ਚਿੜੀਆਂ ਨੂੰ ਪਾਉਣ ਵਾਲਾ ਚੋਗਾ ਪੂਰੇ ਪਰਿਵਾਰ ਦਾ ਪੇਟ ਕਿੱਦਾਂ ਭਰਦਾ ਹੈ। ਅੱਧੇ ਜਣੇ ਤਾਂ ਭੁੱਖੇ ਹੀ ਰਹਿ ਜਾਣਗੇ। ਵਾਓ ਭਾਬੀ, ਖੁਸ਼ਬੂ ਤਾਂ ਬੜੀ ਚੰਗੀ ਲੱਗ ਰਹੀ ਹੈ। ਏਦਾਂ ਲੱਗ ਰਿਹਾ ਤੁਸੀਂ ਖਿਚੜੀ ਨਹੀਂ ਕੋਈ ਸਪੈਸ਼ਲ ਡਿਸ਼ ਬਣਾ ਰਹੇ ਹੋ। ਲੈ ਲੈ ਜਿੰਨੀ ਖੁਸ਼ਬੂ ਲੈਣੀ ਹੈ, ਕਿਉਂਕਿ ਵੈਸੇ ਵੀ ਤੇਰੇ ਤੱਕ ਪਹੁੰਚਦਿਆਂ ਤਾਂ ਕੁੱਕਰ ਖਾਲੀ ਹੋ ਜਾਣਾ। ਹੇ ਮਾਂ ਕਾਲੀ, ਸਭ ਕੁਝ ਹੁਣ ਤੁਹਾਡੇ ਸਾਹਮਣੇ ਹੈ। ਜਿੰਨਾ ਕੁ ਰਾਸ਼ਨ ਪਿਆ ਸੀ ਮੈਂ ਸਭ ਵਰਤ ਲਿਆ, ਹੁਣ ਇਸ ਖਿਚੜੀ ਵਿੱਚ ਬਰਕਤ ਪਾਉਣਾ ਤੁਹਾਡਾ ਕੰਮ ਹੈ ਮਾਂ, ਤੁਸੀਂ ਸਭ ਦਾ ਢਿੱਡ ਭਰਨਾ। ਭਾਬੀ